ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 13 ਮਾਰਚ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫ੍ਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਨੂੰ ਜਾਂ ਫਿਰ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9898 'ਤੇ, ਜਾਂ ਫਿਰ 408-272-5500 'ਤੇ, ਜਾਂ ਫਿਰ ਸਾਡੀ ਈਮੇਲ ਐਡਰੈਸ info@punjabiradiousa.com 'ਤੇ ਈਮੇਲ ਵੀ ਕਰ ਸਕਦੇ ਹੋ। ਹੁਣ ਵੱਧਦੇ ਹਾਂ ਖ਼ਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖ਼ਬਰਾਂ। ਅਮਰੀਕਾ ਦੀ ਨਵੀਂ ਅਫੋਰਡੇਬਲ ਕੇਅਰ ਐਕਟ ਦੇ ਨਾਲ 24 ਮਿਲੀਅਨ ਲੋਕਾਂ ਦੇ ਇੰਸ਼ੋਰੈਂਸ ਨੂੰ ਖਤਰਾ। ਰਾਸ਼ਟਰਪਤੀ ਟਰੰਪ ਨੇ ਫੈਡਰਲ ਖਰਚਾ ਘਟਾਉਣ ਲਈ ਐਗਜ਼ੀਕਿਊਟਿਵ ਆਰਡਰ ਕੀਤਾ ਜਾਰੀ। ਰਾਸ਼ਟਰਪਤੀ ਟਰੰਪ ਨੇ CIA ਨੂੰ ਡਰੋਨ ਹਮਲਾ ਕਰਨ ਦੀ ਦਿੱਤੀ ਇਜਾਜ਼ਤ। ਜਪਾਨ ਆਪਣਾ ਸਭ ਤੋਂ ਵੱਡਾ ਜੰਗੀ ਜਹਾਜ਼ੀ ਬੇੜਾ ਸਾਊਥ ਚਾਈਨਾ ਸੀ ਦੇ ਵਿੱਚ ਭੇਜਣ ਦੀ ਤਿਆਰੀ 'ਚ। ਟਰੰਪ ਵਾਇਰ ਟੈਪ ਮਾਮਲੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਮੰਗ ਰਿਹਾ ਹੈ ਹੋਰ ਸਬੂਤ। ਅਤੇ ਕੈਲੀਫੋਰਨੀਆ ਸੈਂਕਚੁਰੀ ਬਿੱਲ ਬਦਲਣ ਦੀ ਤਿਆਰੀ 'ਚ। ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਰਿਪਬਲਿਕਨ ਪਾਰਟੀ ਦਾ ਓਬਾਮਾ ਕੇਅਰ ਨੂੰ ਰਿਪੀਲ ਕਰਨ ਵਾਲਾ ਅਮੈਰੀਕਨ ਹੈਲਥ ਕੇਅਰ ਅਫੋਰਡੇਬਲ ਕੇਅਰ ਐਕਟ ਅਮੈਰੀਕਾ ਦੇ ਵਿੱਚ ਕਈ ਲੋਕਾਂ ਦੇ ਲਈ ਮੁਸੀਬਤ ਬਣ ਸਕਦਾ ਹੈ। ਕਾਂਗਰੈਸ਼ਨਲ ਬਜਟ ਆਫਿਸ ਦੀ ਆਈ ਇੱਕ ਰਿਪੋਰਟ ਦੇ ਮੁਤਾਬਿਕ ਰਿਪਬਲਿਕਨ ਪਾਰਟੀ ਦੇ ਇਸ ਬਿੱਲ ਦੇ ਨਾਲ ਤਕਰੀਬਨ 24 ਮਿਲੀਅਨ ਲੋਕ ਉਹਨਾਂ ਦੀ ਇੰਸ਼ੋਰੈਂਸ ਜਾਂਦੀ ਰਹੇਗੀ। ਉਹਨਾਂ ਨੇ ਕਿਹਾ ਕਿ ਹੁਣ ਅਮੈਰੀਕਾ ਦੇ ਵਿੱਚ ਵਿਦਆਊਟ ਇੰਸ਼ੋਰੈਂਸ ਲੋਕ 10% ਹਨ, ਅਤੇ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਹਨਾਂ ਦੀ ਸੰਖਿਆ ਵੱਧ ਕੇ ਦੁੱਗਣੀ ਹੋ ਜਾਏਗੀ। ਪਰ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਦੇ ਨਾਲ $337 ਬਿਲੀਅਨ ਡਾਲਰ ਦਾ ਡੈਫੀਸਿਟ ਵੀ ਖਤਮ ਹੋਵੇਗਾ, ਜੋ ਕਿ ਸਰਕਾਰ ਮੈਡੀਕੇਡ ਅਤੇ ਹੋਰ ਸਬਸਿਡੀਜ਼ ਦੇ ਰਾਹੀਂ ਲੋਕਾਂ ਨੂੰ ਮੁਹੱਈਆ ਕਰਵਾਉਂਦੀ ਹੈ। ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਹਿਲੇ ਸਾਲ ਪ੍ਰੀਮੀਅਮ 15-20% ਵਧਣਗੇ, ਪਰ 2026 ਤੱਕ ਇਹਨਾਂ ਦੇ ਵਿੱਚ ਐਵਰੇਜ 10% ਦੀ ਕਮੀ ਆਵੇਗੀ। ਤਕਰੀਬਨ 37 ਪੇਜਾਂ ਦੀ ਆਈ ਇਸ ਰਿਪੋਰਟ ਦੇ ਮੁਤਾਬਿਕ ਉਹਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਉਹ ਪਲੈਜ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਮੈਰੀਕਾ ਦੇ ਨਵੇਂ ਅਫੋਰਡੇਬਲ ਕੇਅਰ ਐਕਟ ਦੇ ਨਾਲ ਕਿਸੇ ਵੀ ਅਮੈਰੀਕਨ ਨੂੰ ਅਤੇ ਉਸਦੀ ਕਵਰੇਜ ਨੂੰ ਨੁਕਸਾਨ ਨਹੀਂ ਹੋਵੇਗਾ, ਇਹ ਉਸ ਸਟੇਟਮੈਂਟ ਨੂੰ ਵੀ ਕਮਜ਼ੋਰ ਕਰਦੀ ਹੈ। ਹਾਲਾਂਕਿ ਵਾਈਟ ਹਾਊਸ ਦੇ ਵਿੱਚ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ, ਅਤੇ ਹਾਊਸ ਸਪੀਕਰ ਪੌਲ ਰਿਆਨ ਨੇ ਵੀ ਫੌਕਸ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇਹ ਰਿਪੋਰਟ ਦੇ ਵਿੱਚ ਕਾਫ਼ੀ ਜ਼ਿਆਦਾ ਵਧਾ ਚੜ੍ਹਾ ਕੇ ਤੱਥ ਪੇਸ਼ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜ਼ਰੂਰ ਅਫੋਰਡੇਬਲ ਕੇਅਰ ਐਕਟ ਦੇ ਨਾਲ ਕੁਝ ਇੱਕ ਲੋਕ ਇੰਸ਼ੋਰੈਂਸ ਕਵਰੇਜ ਤੋਂ ਬਾਹਰ ਹੋਣਗੇ, ਪਰ ਉਹਨਾਂ ਦੀ ਸੰਖਿਆ ਇੰਨੀ ਨਹੀਂ ਹੋਵੇਗੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਆਪਣੀ ਇੰਸ਼ੋਰੈਂਸ ਚੂਜ਼ ਕਰਨ ਲਈ ਵੱਧ ਆਪਸ਼ਨਸ ਮਿਲਣਗੀਆਂ, ਜਿਸ ਦੇ ਨਾਲ ਉਹ ਵਧੀਆ ਪਲੈਨ ਅਤੇ ਵਧੀਆ ਕੰਪਨੀ ਦੀ ਇੰਸ਼ੋਰੈਂਸ ਲੈ ਸਕਦੇ ਹਨ। ਇਸ ਰਿਪੋਰਟ ਦੇ ਮੁਤਾਬਿਕ ਜੇਕਰ ਰਿਪਬਲਿਕਨ GOP ਹੈਲਥ ਕੇਅਰ ਬਿੱਲ ਪਾਸ ਹੁੰਦਾ ਹੈ ਤਾਂ ਉਸ ਦੇ ਨਾਲ 2026 ਤੱਕ ਅਮਰੀਕਾ ਦੇ ਵਿੱਚ ਤਕਰੀਬਨ 52 ਮਿਲੀਅਨ ਲੋਕ ਵਿਦਆਊਟ ਇੰਸ਼ੋਰੈਂਸ ਹੋ ਜਾਣਗੇ, ਅਤੇ ਜੇਕਰ ਓਬਾਮਾ ਕੇਅਰ ਇਸੇ ਤਰ੍ਹਾਂ ਰਹਿੰਦੀ ਹੈ ਤਾਂ ਇਹ ਸੰਖਿਆ 2026 ਤੱਕ 28 ਮਿਲੀਅਨ ਹੋਵੇਗੀ। ਮੌਜੂਦਾ 10 ਦੇ ਵਿੱਚੋਂ ਇੱਕ ਅਮੈਰੀਕਨ ਬਿਨਾਂ ਇੰਸ਼ੋਰੈਂਸ ਤੋਂ ਰਹਿ ਰਿਹਾ ਹੈ, ਅਤੇ ਇਸ ਬਿੱਲ ਦੇ ਤਹਿਤ ਇਹ ਸੰਖਿਆ 5 ਦੇ ਵਿੱਚੋਂ ਇੱਕ ਬਿਨਾਂ ਇੰਸ਼ੋਰੈਂਸ ਵਾਲੀ ਹੋ ਜਾਏਗੀ। ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਵੀ ਇਸ ਬਿੱਲ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ, ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵਰਮੌਂਟ ਤੋਂ ਸੈਨੇਟਰ ਬਰਨੀ ਸੈਂਡਰਸ ਨੇ ਕਿਹਾ ਹੈ ਕਿ ਜੇਕਰ ਰਿਪਬਲਿਕਨ ਪਾਰਟੀ ਇਸ ਬਿੱਲ ਨੂੰ ਲਾਅ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਤਾਂ ਇਸ ਦੇ ਨਾਲ ਅਮਰੀਕਾ ਦੇ ਵਿੱਚ ਕਈ ਲੋਕ ਮਾਰੇ ਜਾਣਗੇ। ਉਹਨਾਂ ਨੇ ਇਹ ਕਿਹਾ ਕਿ ਇਹ ਬਿੱਲ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਾ ਹੈ, ਅਤੇ ਇਸ ਬਿੱਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਾਸ ਨਹੀਂ ਹੋਣ ਦਿੱਤਾ ਜਾਏਗਾ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਓਵਲ ਆਫਿਸ ਦੇ ਵਿੱਚ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਸ ਦੇ ਤਹਿਤ ਰਾਸ਼ਟਰਪਤੀ ਟਰੰਪ ਨੇ ਰਿਪੋਰਟਰਸ ਨੂੰ ਦੱਸਿਆ ਹੈ ਕਿ ਹਰੇਕ ਡਿਪਾਰਟਮੈਂਟ ਅਤੇ ਏਜੰਸੀ ਦੇ ਵਿੱਚ ਉਹਨਾਂ ਨੂੰ ਆਰਡਰ ਦਿੱਤੇ ਗਏ ਹਨ ਕਿ ਉਹ ਜਿਸ ਵੀ ਕਾਰਨਾਂ ਦੇ ਕਰਕੇ ਉਹਨਾਂ ਦਾ ਬੇਫਜ਼ੂਲ ਖਰਚਾ ਹੋ ਰਿਹਾ ਹੈ ਉਸ ਦੇ ਵਿੱਚ ਕਟੌਤੀ ਕਰੇ ਅਤੇ ਆਪਣੀਆਂ ਸਰਵਿਸਿਜ਼ ਦੇ ਵਿੱਚ ਸੁਧਾਰ ਕਰੇ। ਉਹਨਾਂ ਨੇ ਇਹ ਕਿਹਾ ਕਿ ਇਸ ਬਿੱਲ ਦੇ ਤਹਿਤ ਕੋਈ ਵੀ ਅਮਾਊਂਟ ਸੈੱਟ ਨਹੀਂ ਕੀਤੀ ਗਈ ਕਿ ਹਰੇਕ ਡਿਪਾਰਟਮੈਂਟ ਨੂੰ ਇੰਨਾ ਕੱਟ ਕਰਨਾ ਪਵੇਗਾ, ਪਰ ਡਿਪਾਰਟਮੈਂਟ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਬੇਫਜ਼ੂਲ ਖਰਚਾ ਦੇ ਵਿੱਚ ਕਟੌਤੀ ਕਰੇਗਾ ਅਤੇ ਉਹਨਾਂ ਨੂੰ ਲਗਾਤਾਰ ਕਟੌਤੀ ਦੇ ਲਈ ਪੁਸ਼ ਕੀਤਾ ਜਾਏਗਾ। ਬਜਟ ਡਾਇਰੈਕਟਰ ਮਿਕ ਮਲਵਨੀ ਇਸ ਪੂਰੇ ਆਰਡਰ ਦੀ ਦੇਖਰੇਖ ਕਰਨਗੇ ਅਤੇ ਇਸ ਬਿੱਲ ਦੇ ਤਹਿਤ ਸਾਰੇ ਹੀ ਏਜੰਸੀ ਹੈੱਡਜ਼ ਨੂੰ 6 ਮਹੀਨੇ ਦਿੱਤੇ ਗਏ ਹਨ ਕਿ ਉਹ ਆਪਣੀਆਂ ਰਿਪੋਰਟਸ ਕਾਂਗਰਸ ਦੇ ਵਿੱਚ ਸਬਮਿਟ ਕਰੇ। ਇਸ ਬਿੱਲ ਦੇ ਤਹਿਤ ਕਲਾਈਮੇਟ ਚੇਂਜ ਰਿਸਰਚ, ਕੰਜ਼ਰਵੇਸ਼ਨ ਫੰਡਿੰਗ, ਫੋਰਨ ਏਡ ਅਤੇ ਪਬਲਿਕ ਹਾਊਸਿੰਗ ਸਮੇਤ ਕਈ ਡਿਪਾਰਟਮੈਂਟਸ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਵੀਰਵਾਰ ਨੂੰ ਹੋ ਸਕਦਾ ਹੈ ਕਿ ਰਾਸ਼ਟਰਪਤੀ ਟਰੰਪ ਆਪਣਾ ਬਜਟ ਦਾ ਬਲੂਪ੍ਰਿੰਟ ਪੇਸ਼ ਕਰਨ। ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਫੈਡਰਲ ਡਿਪਾਰਟਮੈਂਟਸ ਦੇ ਵਿੱਚ ਕੀਤੀ ਜਾ ਰਹੀ ਕਟੌਤੀ ਨੂੰ ਦੋਨੋਂ ਹੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਪਰ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਫਜ਼ੂਲੀ ਖਰਚਾ ਬਚਾਉਣ ਦੇ ਲਈ ਕਾਫ਼ੀ ਜ਼ਰੂਰੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸੈਂਟਰਲ ਇੰਟੈਲੀਜੈਂਸ ਏਜੰਸੀ CIA ਨੂੰ ਸਸਪੈਕਟਡ ਅੱਤਵਾਦੀਆਂ ਦੇ ਖਿਲਾਫ਼ ਡਰੋਨ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿੱਥੇ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਐਡਮਿਨਿਸਟ੍ਰੇਸ਼ਨ ਦੁਆਰਾ CIA ਦੇ ਰੋਲ ਨੂੰ ਪੈਰਾਮਿਲਟਰੀ ਦੇ ਤੌਰ ਦੇ ਉੱਤੇ ਸੀਮਿਤ ਕੀਤਾ ਗਿਆ ਸੀ ਅਤੇ ਉਸ ਦੇ ਵਿੱਚ ਡਰੋਨ ਹਮਲਿਆਂ ਦੇ ਵਿੱਚ ਕਟੌਤੀ ਦਾ ਵੀ ਜ਼ਿਕਰ ਸੀ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ CIA ਨੂੰ ਖੁੱਲ੍ਹੇ ਤੌਰ ਦੇ ਉੱਤੇ ਡਰੋਨ ਹਮਲੇ ਕਰਨ ਦੀ ਅਥਾਰਟੀ ਦਿੱਤੀ ਹੈ, ਹਾਲਾਂਕਿ CIA ਨੇ ਇਸ ਦੇ ਉੱਤੇ ਕੋਈ ਵੀ ਕਮੈਂਟ ਜਾਰੀ ਨਹੀਂ ਕੀਤਾ ਹੈ। 11 ਸਪਟੈਂਬਰ 2001 ਤੋਂ ਬਾਅਦ ਦੇ ਵਿੱਚ ਅਮਰੀਕਾ ਦੁਨੀਆ ਦਾ ਉਹ ਪਹਿਲਾ ਦੇਸ਼ ਬਣਿਆ ਸੀ ਜਿਸਨੇ ਕਿ ਡਰੋਨ ਹਮਲਿਆਂ ਦੇ ਨਾਲ ਅੱਤਵਾਦੀਆਂ ਦੇ ਉੱਤੇ ਹਮਲੇ ਕੀਤੇ ਅਤੇ ਕਈ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ। ਹਾਲਾਂਕਿ ਇਹਨਾਂ ਹਮਲਿਆਂ ਦੇ ਨਿੰਦਾ ਕਰਨ ਵਾਲੇ ਕਈ ਲੋਕ ਕਹਿੰਦੇ ਹਨ ਕਿ ਇਹਨਾਂ ਹਮਲਿਆਂ ਦੇ ਨਾਲ ਜਿੰਨੇ ਅੱਤਵਾਦੀ ਮਰਦੇ ਹਨ ਉਦੋਂ ਜ਼ਿਆਦਾ ਅੱਤਵਾਦੀ ਪੈਦਾ ਹੁੰਦੇ ਹਨ। ਜੁਲਾਈ ਦੇ ਵਿੱਚ ਅਮੈਰੀਕਨ ਗੌਰਮੈਂਟ ਨੇ ਡਰੋਨ ਹਮਲਿਆਂ ਦੇ ਕਰਕੇ ਮਾਰੇ ਜਾਣ ਵਾਲੇ 116 ਸਿਵਲੀਅਨਸ ਦੀ ਜ਼ਿੰਮੇਵਾਰੀ ਲਈ ਸੀ, ਜਿੱਥੇ ਕਿ ਅਮੈਰੀਕਾ ਉਸ ਦੇਸ਼ ਦੇ ਵਿੱਚ ਲੜਾਈ ਦੀ ਪੁਜੀਸ਼ਨ ਦੇ ਵਿੱਚ ਵੀ ਨਹੀਂ ਸੀ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦਿੱਤੀਆਂ ਗਈਆਂ ਨਵੀਆਂ ਪਰਮਿਸ਼ਨਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਹੁਣ ਗਲੋਬਲ ਤੌਰ ਦੇ ਉੱਤੇ ਇਸ ਦਾ ਕੀ ਇੰਪੈਕਟ ਪੈਂਦਾ ਹੈ। ਜਪਾਨ ਸਾਊਥ ਚਾਈਨਾ ਸੀ ਦੇ ਵਿੱਚ 3 ਮਹੀਨੇ ਦੇ ਟੂਰ ਦੇ ਉੱਤੇ ਮਈ ਤੋਂ ਬਾਅਦ ਦੇ ਵਿੱਚ ਆਪਣਾ ਸਭ ਤੋਂ ਵੱਡਾ ਜੰਗੀ ਜਹਾਜ਼ੀ ਬੇੜਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਜਪਾਨ ਇਹ ਆਪਣੀ ਨੇਵਲ ਫੋਰਸ ਦੀ ਸ਼ਕਤੀ ਦਿਖਾਉਣ ਦੇ ਲਈ ਕਰ ਰਿਹਾ ਹੈ। ਚਾਈਨਾ ਆਸਪਾਸ ਦੇ ਇਲਾਕਿਆਂ ਦੇ ਅਤੇ ਡਿਸਪਿਊਟਡ ਵਾਟਰਸ ਦੇ ਵਿੱਚ ਆਪਣੀ ਮਿਲਟਰੀ ਪ੍ਰੈਜੈਂਸ ਵਧਾ ਰਿਹਾ ਹੈ ਅਤੇ ਉਹਨਾਂ ਇੰਟਰਨੈਸ਼ਨਲ ਵਾਟਰਸ ਦੇ ਉੱਤੇ ਕਬਜ਼ਾ ਕਰਦਾ ਜਾ ਰਿਹਾ ਹੈ। ਸ਼ਾਇਦ ਉਸੇ ਨੂੰ ਚੈਲੰਜ ਕਰਨ ਦੇ ਲਈ ਜਪਾਨ ਹੁਣ ਆਪਣਾ ਨਵਾਂ ਜੰਗੀ ਜਹਾਜ਼ੀ ਬੇੜਾ ਸਾਊਥ ਚਾਈਨਾ ਸੀ ਦੇ ਵਿੱਚ ਉਤਾਰੇਗਾ। ਜਪਾਨ ਦਾ ਇਹ ਬੇੜਾ ਸਿੰਗਾਪੁਰ, ਇੰਡੋਨੇਸ਼ੀਆ, ਫਿਲੀਪੀਨਸ, ਸ਼੍ਰੀਲੰਕਾ ਹੁੰਦਾ ਹੋਇਆ ਇੰਡੀਆ ਓਸ਼ਨ ਦੇ ਵਿੱਚ ਆ ਕੇ ਇੰਡੀਅਨ ਅਤੇ US ਨੇਵਲ ਦੇ ਨਾਲ ਜੰਗੀ ਅਭਿਆਸ ਕਰੇਗਾ ਅਤੇ ਅਗਸਤ ਦੇ ਵਿੱਚ ਜਪਾਨ ਵਾਪਸ ਜਾਏਗਾ। ਉਸ ਪੂਰੇ ਇਲਾਕੇ ਦੇ ਵਿੱਚ ਤਾਈਵਾਨ, ਮਲੇਸ਼ੀਆ, ਵੀਤਨਾਮ ਅਤੇ ਫਿਲੀਪੀਨਸ ਅਤੇ ਬਰਨੂਈ ਵੀ ਕਈ ਸਮੁੰਦਰ ਦਾ ਹਿੱਸਾ ਕਲੇਮ ਕਰ ਰਹੇ ਹਨ ਜਿਸ ਦੇ ਵਿੱਚ ਕਿ ਆਇਲ ਅਤੇ ਗੈਸ ਦੇ ਵੱਡੇ ਖਾਣ ਹਨ। ਪਰ ਚਾਈਨਾ ਲਗਾਤਾਰ ਉਹਨਾਂ ਡਿਸਪਿਊਟਡ ਵਾਟਰ ਦੇ ਵਿੱਚ ਆਪਣੀ ਪ੍ਰੈਜੈਂਸ ਵਧਾ ਕੇ ਉੱਥੇ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਲਾਏ ਗਏ ਐਲੀਗੇਸ਼ਨ ਦੇ ਤਹਿਤ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਪੂਰਵ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਦੀ ਵਾਇਰ ਟੈਪਿੰਗ ਕੀਤੀ ਸੀ, ਇਸ ਮਾਮਲੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੂੰ ਹੋਰ ਸਬੂਤ ਚਾਹੀਦੇ ਹਨ। ਪਿਛਲੇ ਮਹੀਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਨਾਂ ਸਬੂਤਾਂ ਤੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ਼ ਇਹ ਬਿਆਨ ਜਾਰੀ ਕੀਤਾ ਸੀ ਕਿ ਉਹਨਾਂ ਨੇ ਜਾਣਬੁੱਝ ਕੇ ਨਿੱਜੀ ਤੌਰ ਦੇ ਉੱਤੇ ਡੋਨਲਡ ਟਰੰਪ ਦੀ ਵਾਇਰ ਟੈਪਿੰਗ ਕਰਵਾਈ ਸੀ, ਜਿਸ ਨੂੰ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਪੋਕਸਮੈਨ ਨੇ ਖਾਰਿਜ ਕਰ ਦਿੱਤਾ ਸੀ ਅਤੇ ਡੋਨਲਡ ਟਰੰਪ ਦੇ ਇਸ ਬਿਆਨ ਨੂੰ ਉਹਨਾਂ ਨੇ ਬਿਲਕੁਲ ਗਲਤ ਕਰਾਰ ਦਿੱਤਾ ਸੀ। ਬਾਅਦ ਦੇ ਵਿੱਚ ਹਾਊਸ ਇੰਟੈਲੀਜੈਂਸ ਕਮੇਟੀ ਨੇ ਜਸਟਿਸ ਡਿਪਾਰਟਮੈਂਟ ਨੂੰ ਚਿੱਠੀ ਲਿਖ ਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਲਾਏ ਗਏ ਇਹਨਾਂ ਇਲਜ਼ਾਮਾਂ ਦੇ ਸਬੂਤ ਮੰਗੇ ਸਨ, ਜਿਸ ਦੇ ਜਵਾਬ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਕਿਹਾ ਹੈ ਕਿ ਉਹ ਹੋਰ ਸਬੂਤ ਇਕੱਠਾ ਕਰਨ ਦੇ ਲਈ ਉਹਨਾਂ ਨੂੰ ਕੁਝ ਸਮਾਂ ਚਾਹੀਦਾ ਹੈ ਅਤੇ ਜਿਵੇਂ ਹੀ ਉਹਨਾਂ ਨੂੰ ਕੁਝ ਡਾਕੂਮੈਂਟ ਹੱਥ ਲੱਗਦੇ ਹਨ ਉਹ ਹਾਊਸ ਇੰਟੈਲੀਜੈਂਸ ਕਮੇਟੀ ਨੂੰ ਭੇਜਣਗੇ। ਕਮੇਟੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ 20 ਮਾਰਚ ਤੱਕ ਸਾਰੇ ਸਬੂਤ ਚਾਹੀਦੇ ਹਨ ਅਤੇ ਜੇਕਰ ਜਸਟਿਸ ਡਿਪਾਰਟਮੈਂਟ 20 ਮਾਰਚ ਤੱਕ ਕੋਈ ਵੀ ਸਬੂਤ ਭੇਜਣ ਦੇ ਵਿੱਚ ਨਾਕਾਮ ਰਹਿੰਦਾ ਹੈ ਤਾਂ ਇਸ ਜਾਂਚ ਨੂੰ ਉੱਥੇ ਹੀ ਖਾਰਿਜ ਕਰ ਦਿੱਤਾ ਜਾਏਗਾ।
ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਮੈਜੋਰਟੀ 'ਤੇ ਹੈ ਅਤੇ ਉਹ ਕੈਲੀਫੋਰਨੀਆ ਦੇ ਵਿੱਚ ਸਟੇਟ ਵਾਈਡ ਸੈਂਕਚੁਰੀ ਲਾਅ ਦੇ ਉੱਤੇ ਕੁਝ ਬਦਲਾਵ ਲਿਆ ਕੇ ਇਸ ਨੂੰ ਇਲੀਗਲ ਇਮੀਗ੍ਰੇਸ਼ਨ ਦੇ ਲਈ ਹੋਰ ਸੌਖਾ ਕਰਨਾ ਚਾਹੁੰਦੀ ਹੈ, ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਫੈਡਰਲ ਏਜੰਸੀਜ਼ ਦੇ ਵੱਲੋਂ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਛਾਪੇ ਮਾਰੇ ਜਾ ਰਹੇ ਹਨ। ਉੱਥੇ ਕੈਲੀਫੋਰਨੀਆ, ਜੋ ਕਿ US ਦੀ ਸਭ ਤੋਂ ਵੱਡੀ ਪਾਪੂਲੇਸ਼ਨ ਵਾਲੀ ਸਟੇਟ ਹੈ, ਉਸ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਦੀ ਤਾਦਾਦ ਵੀ ਕਾਫ਼ੀ ਜ਼ਿਆਦਾ ਹੈ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਫੈਡਰਲ ਏਜੰਸੀਜ਼ ਦੁਆਰਾ ਕੈਲੀਫੋਰਨੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਤੇ ਮਾਰੇ ਗਏ ਛਾਪਿਆਂ ਦੇ ਵਿੱਚ ਕਈ ਲੋਕਾਂ ਨੂੰ ਡਿਪੋਰਟ ਕੀਤਾ ਗਿਆ, ਜਿਸ ਦੇ ਵਿੱਚ ਫੈਡਰਲ ਏਜੰਸੀਜ਼ ਸ਼ਹਿਰ ਅਤੇ ਸਟੇਟ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਨਾਲ ਲੈ ਕੇ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਰੇਡ ਕਰ ਰਹੀਆਂ ਸਨ। ਪਰ ਕੈਲੀਫੋਰਨੀਆ ਦੇ ਵਿੱਚ ਸੈਂਕਚੁਰੀ ਬਿੱਲ ਦੇ ਵਿੱਚ ਕੁਝ ਬਦਲਾਵ ਲਿਆਂਦੇ ਜਾ ਰਹੇ ਹਨ, ਜਿਸ ਦੇ ਤਹਿਤ ਲਾਅ ਇਨਫੋਰਸਮੈਂਟ ਏਜੰਸੀਜ਼ ਫੈਡਰਲ ਏਜੰਸੀਜ਼ ਦਾ ਇਹਨਾਂ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਕੋਈ ਵੀ ਸਾਥ ਨਹੀਂ ਦੇਣਗੀਆਂ। ਹਾਲਾਂਕਿ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਕੈਲੀਫੋਰਨੀਆ ਡੈਮੋਕ੍ਰੈਟਸ ਨੂੰ ਕਾਫ਼ੀ ਸੰਘਰਸ਼ ਕਰਨਾ ਪਵੇਗਾ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਕਿਹਾ ਹੈ ਕਿ ਜੋ ਕਾਉਂਟੀਜ਼ ਸੈਂਕਚੁਰੀ ਕਾਉਂਟੀਜ਼ ਦਾ ਕੰਮ ਕਰਨਗੀਆਂ ਉਹਨਾਂ ਦੀ ਫੈਡਰਲ ਫੰਡਿੰਗ ਕੱਟ ਕਰ ਦਿੱਤੀ ਜਾਏਗੀ ਅਤੇ ਹਰ ਇੱਕ ਕਾਉਂਟੀ ਇਹ ਅਫੋਰਡ ਨਹੀਂ ਕਰ ਸਕਦੀ। ਅਤੇ ਜੇਕਰ ਲਾਅ ਇਨਫੋਰਸਮੈਂਟ ਏਜੰਸੀਜ਼ ਦੀ ਫੈਡਰਲ ਏਜੰਸੀਜ਼ ਦੇ ਨਾਲ ਕਮਿਊਨੀਕੇਸ਼ਨ ਬਿਲਕੁਲ ਕੱਟ ਕਰ ਦਿੱਤੀ ਗਈ ਤਾਂ ਰਾਸ਼ਟਰਪਤੀ ਟਰੰਪ ਉਸ ਸਿਟੀ ਦੀ ਫੈਡਰਲ ਫੰਡਿੰਗ ਬੰਦ ਕਰ ਸਕਦੇ ਹਨ। ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਕਈ ਸਟੇਟ ਸੈਨੇਟਰਸ ਦਾ ਮੰਨਣਾ ਹੈ ਕਿ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਉੱਤੇ ਪਬਲਿਕ ਨੂੰ ਕਾਫ਼ੀ ਭਰੋਸਾ ਹੁੰਦਾ ਹੈ ਅਤੇ ਜੇਕਰ ਉਹਨਾਂ ਦਾ ਇਹ ਭਰੋਸਾ ਟੁੱਟ ਗਿਆ ਤਾਂ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਖਰਾਬ ਹੋ ਸਕਦੀ ਹੈ। ਇਸ ਦੇ ਲਈ ਉਹ ਇਸ ਬਿੱਲ ਦੇ ਵਿੱਚ ਕੁਝ ਨਾ ਕੁਝ ਬਦਲਾਵ ਕਰਕੇ ਛੇਤੀ ਹੀ ਕੁਝ ਚੇਂਜਿਸ ਲੈ ਕੇ ਆਉਣਗੇ। ਇਸ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 80 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋਅ। ਸਟੋਕਟਨ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਫ੍ਰੈਜ਼ਨੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਬੇਕਰਫੀਲਡ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋਅ। ਲੋਸ ਐਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋਅ। ਟਰੱਕੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋਅ ਅਤੇ ਸਵੇਰੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਿਆਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ ਰਹੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋਅ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਸ਼ਿਕਾਗੋ ਦੇ ਵਿੱਚ 25 ਡਿਗਰੀ ਹਾਈ ਅਤੇ ਰਾਤ ਨੂੰ 16 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋਅ। ਇੱਥੇ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਟੋਰੰਟੋ ਕੈਨੇਡਾ ਦੇ ਵਿੱਚ -5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -12 ਡਿਗਰੀ ਸੈਲਸੀਅਸ ਲੋਅ। ਵਿਨੀਪੈਗ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -12 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋਅ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋਅ। ਪੰਜਾਬ ਅੰਮ੍ਰਿਤਸਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋਅ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋਅ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋਅ ਅਤੇ ਫਰਾਂਸ ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋਅ ਰਹੇਗਾ। ਇਸ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 21 ਅੰਕਾਂ ਦੀ ਗਿਰਾਵਟ ਦੇ ਨਾਲ 20,881.48 'ਤੇ ਬੰਦ ਹੋਇਆ। ਨੈਸਡੈਕ 14 ਅੰਕ ਵੱਧ ਕੇ 5,875.78 'ਤੇ ਬੰਦ ਹੋਇਆ। S&P 2,373.47 'ਤੇ ਬੰਦ ਹੋਇਆ ਅਤੇ ਵਿਲਸ਼ਾਇਰ 5,000 7 ਅੰਕ ਵੱਧ ਕੇ 24,650.20 'ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਗੋਪ੍ਰੋ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 7.56 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 18 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 59 ਰੁਪਏ 21 ਪੈਸੇ, ਇੱਕ ਬ੍ਰਿਟਿਸ਼ ਪਾਊਂਡ ਦੀ ਕੀਮਤ 80 ਰੁਪਏ 80 ਪੈਸੇ, ਇੱਕ ਯੂਰੋ ਦੀ ਕੀਮਤ 70 ਰੁਪਏ 54 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 3 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 80 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 89 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 175 ਰੁਪਏ 52 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 216 ਰੁਪਏ 61 ਪੈਸੇ। ਸੋਨੇ ਦਾ ਰੇਟ $1,202.37 ਪਰ ਆਉਂਸ ਰਿਹਾ ਅਤੇ ਚਾਂਦੀ $16.93
ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ, ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 'ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com 'ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।